अभी आपके सामने सैयद नजमुल हसन नौतक शहजादा कासम की मेहंदी बरामद करवाएंगे। तमाम मोमिन से इल्तमास करता हूँ कि तमाम लोग बैठकर मजलिस को सुने और तमाम शबीहात मेहंदी बैठकर देखें। जब तक सैयद नजमुल हसन शाह साहब मसाइल पढ़ते रहे, आप बैठे रहे, बड़ी मेहरबानी होगी। सब तो पहले मालिक ने बेटी ली थी जिसका नाम रखा
ਫਰਵਾ ਖਾਤ ਬੇਟੀ ਦੀ ਵਜ੍ਹਾ ਤੋਂ ਉਮੇ ਫਰਵਾ ਪਿਛੜ ਗਈ, ਬੇਟੀ ਦੁਨੀਆ ਤੋਂ ਤੁਰ ਗਈ, ਬੀਬੀ ਪਰੇਸ਼ਾਨ। ਇਮਾਮ ਹਸਨ ਅਲੈਹਿ ਸਲਾਮ ਬੈਠਾ ਚਿਹਰੇ ਦੋ ਸਮੇਂ ਪਰੇਸ਼ਾਨ ਹੈ, ਮੌਲਾ ਝੋਲੀ ਖਾਲੀ ਹੈ। ਇਮਾਮ ਹਸਨ ਫਰਮਾਉਂਦੇ ਹਨ, ਅਗਰ ਮੈਂ ਤੈਨੂੰ ਹੁਣੇ ਬੇਟਾ ਅਤਾ ਨਾ ਕਰਾਂ ਤਾਂ ਮੈਂ ਜ਼ਮਾਨੇ ਦਾ ਇਮਾਮ ਕਿਉਂ ਹਾਂ। ਹੁਣੇ ਮੇਰੇ ਮੌਲਾ ਨੇ ਪਰੇਸ਼ਾਨੀ ਤੇ ਹੱਥ ਫੇਰਾ, ਫਿਰ ਮੈਂ ਚੰਦ ਲਮ੍ਹਾ ਬਾਅਦ ਅੱਲਾ ਪੁੱਤਰ ਦੇ ਸੀ ਵਜੋ ਹੈ, ਚੰਦ ਲਮ੍ਹਾ ਬਾਅਦ ਬੇਟਾ ਦੁਨੀਆ ਤੇ। ਸਭ ਤੋਂ ਪਹਿਲੇ ਸੈਨ ਉਹਨੇ ਕੁਲਸੂਮ ਨੇ ਚਾਇਆ, ਕਹਿ ਚਾਹੇ ਬਾਬਾ ਦੇਖੀ ਮੇਰੇ ਬਸ ਸੈਨ ਉਮੇ ਕੁਲਸੂਮ ਇੱਥੇ ਮੈਂ ਇੱਕ ਲਫ਼ਜ਼ ਅਦਾ ਨਾ ਜਹਿੰਦੇ ਨਾ ਹੋ ਮੈਨੂੰ ਕੋਈ ਚਾਵਣ ਦਾ ਸ਼ੌਕ ਤਾਂ ਹੁੰਦਾ। ਤੁਹਾਡੀ ਕਮਾਲ ਹੈ ਜ਼ਾਕਿਰ ਦੇ ਜਲਸੇ ਤੇ ਜ਼ਾਕਿਰ ਬਾਨੀ ਹੁੰਦੇ। ਮੈਂ ਜੇ ਬਿਸਮਿਲ੍ਲਾਹ ਤੋਂ ਇੰਤਜ਼ਾਰ ਨਾ ਕਰਾਵਾਂ, ਸ਼ਹਿਜ਼ਾਦਾ ਕਾਸਿਮ ਸ਼ਹਿਜ਼ਾਦੇ ਕਾਸਿਮ ਦੇ ਵਲੀਮੇ ਦੀ ਇੱਕ ਮੰਨਤ ਸੁਣੋ, ਉਹਦੇ ਬਾਅਦ ਮੈਂ ਬਿਲਕੁਲ ਰਹਿਣ ਦੇ ਕਲੀਬਾ ਬਣਾ। ਕਿਤਾਬ ਦਾ ਨਾਂ ਹੈ ਨੂਰ ਉਲ ਅਨਵਾਰ ਦੂਸਰੀ ਜਿਲ, ਲਿਖਣ ਵਾਲੇ ਹਨ ਅਲਾਮਾ ਮੌਲਾਨਾ ਸੈਯਦ ਵਜੀਹੁਦੀਨ ਮੂਸਵੀ। ਉਹਨਾਂ ਲਿਖਿਆ ਵੀ ਤੇਰਾ ਕੋਈ ਕੰਮ ਨਹੀਂ ਥੀਂਦਾ ਮੰਨਤ ਮੰਨ, ਸ਼ਹਿਜ਼ਾਦੇ ਕਾਸਿਮ ਦੇ ਵਲੀਮੇ ਦੀ 14 ਮੋਮਨਾਂ ਕੋ ਦਾਵਤ ਦੇ, ਉਹਨਾਂ ਦੇ ਦਰਵਾਜ਼ੇ ਤੇ ਵੰਨ ਕੇ ਦਾਵਤ ਕਿਹੜੇ ਲਫ਼ਜ਼ਾਂ ਨਾਲ ਦੇਣੀ। ਜਿਹੜਾ ਕੁੰਡਾ ਖੜਕੇ ਸੀ ਤਾਂ ਕਲਬਾਬ ਕਰੇ ਸੀ ਮੋਮਨ ਦਰ ਤੇ ਆਵੇ, ਇਹਨਾਂ ਲਫ਼ਜ਼ਾਂ ਨਾਲ ਦਾਵਤ ਦੇਵੇ ਕਿ ਮੈਂ ਉਹਦਾ ਵਲੀਮਾ ਪਿਆ ਕਰੇ ਨਾ ਜਿਹਦੀ ਜੰਗ ਲੁੱਟੀ ਗਈ ਕਰ। ਜਦੋਂ 14 ਮੋਮਿਨ ਤੇਰੇ ਘਰ ਆਵੇਂ, ਜਿਤਨੀ ਤੇਰੀ ਤਾਕਤ ਹੈ ਖਾਣਾ ਪਕਾ, ਉਸ ਖਾਣੇ ਦੇ ਉੱਤੇ 11 ਦਫ਼ਾ ਦਰੂਦ, 7 ਦਫ਼ਾ ਅਲਹਮਦ, 5 ਮਰਤਬਾ ਸੂਰਾ ਯਾਸੀਨ, 7 ਦਫ਼ਾ ਗੁਲ ਪੜ੍ਹ ਕੇ ਫਿਰ 11 ਦਫ਼ਾ ਦਰੂਦ। ਮੋਮਿਨਾਂ ਨੂੰ ਖਵਾ ਛੋੜੇ, ਜੇ ਤੱਕ ਉਹ ਖਾਵੇਂ ਤੂੰ ਨਾ ਖਾਵੇਂ, ਜਿਹੜਾ ਉਹ ਖਾ ਕੇ ਚਲੇ ਵੰਜਣ ਉਸ ਬੱਚੇ ਖਾਣੇ ਦੇ ਨਾਲ ਧੀਆਂ ਪੁੱਤਰਾਂ ਨੂੰ ਇਕੱਠਾ ਚੱਕਰੇ, ਆਪਣੀਆਂ ਬੇਟੇ ਤੋਂ ਆਖੇ ਸ਼ਹਿਜ਼ਾਦੇ ਕਾਸਿਮ ਦੀ ਸ਼ਾਦੀ ਦਾ ਨੋਹਾ ਪੜੋ। ਉਹ ਜਦੋਂ ਨੋਹਾ ਸ਼ੁਰੂ ਕਰੇ ਜੰਨਤ ਔਰ ਬਕੀਆ ਵਾਲੇ ਪਾਸੇ ਹੱਥ ਚਾਹੇ, ਕਿਉਂ ਮੇਰੀ ਜ਼ਖਮੀ ਪਾਸੇ ਵਾਲੀ ਲਈ ਪਾਲੀ ਫਰਮਾਓ ਨੌਕਰ ਬਾਬਾ ਜੀ ਬਿਸਮਿਲਲਾਹ। ਯਕੀਨਨ ਸੈਨ ਮਿਹਰਬਾਨੀ ਫਰਮਾਏ ਸਨ, ਔਰ ਸਾਡੇ ਇਹਨਾਂ ਦੇ ਦਰ ਤੇ ਆਵਣ ਦੀ ਦੇਰ ਹੈ, ਉਹਨਾਂ ਦੀ ਪੂਰੀ ਕਰਨ ਦੀ ਕੋਈ ਦੇਰ। ਬੋਲੋ ਬਾਬਾ ਕੋਈ ਨਹੀਂ, ਬਸ ਮੈਂ ਤੇ ਇੰਤਜ਼ਾਰ ਕਿਉਂ ਕਰਾਵਾਂ, ਤੂੰ ਜੋ ਇਤਨੀ ਸਾਰੀ ਰਾਤ ਦਾ ਥੱਕਾ ਹੋਇਆ ਤੇ ਇਤਨਾ ਸੋਹਣਾ ਇਸਤਕਬਾਲ ਕੀਤਾ ਹੀ ਸਾਹਿਬ ਦਾ, ਮੈਂ ਤੇਰੀ ਅੱਖੀ ਨੂੰ ਮਜ਼ੀਦ ਇੰਤਜ਼ਾਰ ਨਾ ਕਰਾਂਗਾ। ਜਿਹਦਾ ਵਲੀਮਾ ਨਹੀਂ ਥਿਆ ਉਹਦੀ ਸ਼ਾਦੀ ਕਿਵੇਂ ਥਈ ਹੈ, ਆਪਣੇ ਇੱਕ ਇੱਕ ਲਫ਼ਜ਼ ਦਾ ਮੈਂ ਜ਼ਾਮਿਨ ਹਾਂ। ਪਹਿਲਾ ਪਹਿਲਾ ਜੁਮਲਾ ਪਿਆ ਪੜ੍ਹਦਾ, ਰਿਆਜ਼ੁਲ ਕੁਦਸ ਅਲਾਮਾ ਸਦਰੁਦੀਨ ਕਜ਼ਵੈਨੀ, ਉਹਨਾਂ ਲਿਖਿਆ ਹੈ ਸ਼ਬੀਰ ਲਾਹਮੀ ਦੀ ਰਾਤ ਭੇਣ ਤੋਂ ਦੇਖ ਕੇ ਰੋ ਰੋ ਕੇ ਖੜੇ ਆਉਂਦੇ, ਮੇਰਾ ਦਿਲ ਜੁੜ ਗਿਆ ਯਤੀਮ ਗੁੱਸੇ ਦਾ ਪਹਿਨਾ। ਮੈਂ ਸਦਕੇ ਜੇ ਮੈਂ ਨੌਕਰ ਬੀਬੀ ਅੱਗੇ ਪਾਓ ਸੇਵਾ ਭੇਜਣ ਤੋਂ ਥੱਕੇ ਤਾਂ ਉਸ ਸਮੇਂ ਫਿਰਤੇ ਤੁਹਾਡੀ ਤਵਜੋ ਹਟ ਰਹੀ ਥੱਕਣ ਦੀ ਵਜ੍ਹਾ ਤੋਂ, ਮੈਂ ਸਮਝਦਾ ਜ਼ੋਰ ਵਾਲੀ ਗੱਲ ਤਾਂ ਨਹੀਂ।
تو اپنی مرضی نال بیٹھے ہو پر سختی تو پہنے تے اے ہو نی مرضی نا تو وہ پتے ایسا خیر نال گھر وال ویسو تے خالی نہ ویسو جھولیاں بھر کے ویسو تے جنہاں دا میں مسائل پہ پڑھدا ہوں نا پتا ہے نی بھرنے تے لٹ پے بنے بچ گئی آزانا بچ گئی ہے تمازا اجڑ گیا بدون لبیٹا جلے سر سجدے چ رکھا کر اپنی نماز دے شبیر کو یاد کیتا کر جے بندے دی نگاہ میرے پاس دوجا جملہ پہ پڑھدا پہلا جملہ پڑھیا ریاض القدس بھائی جان دوجا جملہ پہ پڑھدا کتاب کا نام ہے مدینہ سے مدینہ تک انہوں نے لکھا عقد دے گواہ ہی تو ہوندے ہیں عقد دے دو گواہ ہیں ایک میرا المان شیر دوجا عون بن جعفر شبیر فرمائے او میں غریب دا عقد پڑھا بھتیجے دا ہاتھ نپ کے جڑ پے اے اگلا لفظ بزرگاں دے بہن بھرا محبت ماری شبیر جیو میری دکھی ہمشیر بی بی علی بنرے واسطے مہندی تے مہندی واسطے پانی امام فرمائے پانی بھی آپ کو مہندی بھی آپ بی بی خالی جام چاہے دور دور کے عزاداروں بی بی اپنے خیمے چون بیٹھی اے جام ان کر کے اپنی آنکھی دے رکھے جڑی گل اپنی اکھاں نال کیتی ہے سناواں سبحان اللہ اپنی اکھاں نال بول کے بی بی رو رو کے بیٹھی آ دیے کل اون محمد کو نہ ہوا ہے سبحان اللہ ہن بس بول رہا ہے جی بسم اللہ میں نہ کر رہا جی بسم اللہ تھوڑا پانی کٹھا بابا میں دے قریب آ گیا تھوڑا پانی بابا کٹھا دیا اس بھین کو گھنائی جہاں سب تو پہلے شہزادے قاسم کو چایا ہے بی بی پانی بھی چاہے تے بہن تو لے کے آدھی ماں سونا کو تا نہیں لگتا تو آپ کو کتوں ملے بی بی آدھی کہیں دریا دا نہیں کہیں چشمے دا نہیں تیری بہن دی آنکھیں دا پانی چھوٹی سین بہن تو لے کے آدھی تھوڑی تا جھولی آلیا قربانی ابھی ہے نا تے میں بھی تا جھولی خالی ہے میرے پتر ہو میں نہ تھا میں بھی قربانی کر لے ماں صبح بی بی ادی میں صدا ہو بھی اب میں کچھ رو بھی نہ ہاں آلیہ بی بی ادی تیری اتنا حصہ کافی تو میدی بنا میں من کے براتیاں کو صدا جنہیں ہائے کر کے روندے پہ ہو جنہیں تھکے ہو انہوں کو میں کچھ نہیں آتا گیا جنہیں روندے پہ بندے میں نکل سمجھائے میں من کے براتیاں کو صدا ماں جنہاں کہنا براتیاں کو صدا ماں یہ تو دامن کو چھکی آئی سین فضا ہاتھ بن کیا دیے جے باراتی تسا سڑنے میں زندگی کیوں مگی ہے جی بسم اللہ آواز دی اماں بات بجو ہن جڑے بندے رو دے پے ہو تھاری علاقے آنے بندے دعوت نامہ دیون کربلا دے میدان وچ سین فضا دی پوزیشن ہے ساری کمیٹی آدھی آدھی جلدی آؤ یتیم سیرے پہ پہ دے آر بی بی چوندی میں دی پہ کو ممبر دی کا سمیت بی بی ہے جڑی نہیں چھوڑ سکتی ایویں قدم چہ دی ہے وہ تو کہیں دی ہے کون خیال بس سے مو کر کے آدھے ولہ سمجھ گئے وہ بھی کون ہے
मैंने अलमारे शेर दी भेड़े जेरे बारे कोई लोग दा दें जो बेबी लाहौर कोई नहीं मैं अगर आंधा कर लाहौर कोई नहीं तो कर रोमड़ा लिए लाहौर कोई नहीं तो मैं खुद जा बीबी दी बाजार किथे एडे वडे पीर दी धीओ है तबा तब तई न हो जी बाबा मैं ना कर मैं लो देखे भाई मैं लो देखे जी बिस्मिल्लाह मैं ना कर मैं लो फरिया था मातमी अल्लाह दार बीबी कठिया हो गई हम इमाम आदे प्रशांत दे हो मेरा इमाम आदे मैं बदला बनावा जद आंखे मैं बदला बनावा बीबी आदे नमी पोशा इमाम आदे नहीं मेरी तबर का तले सुधू खोलो उन्हें मेरे हसन भरा दी पोशाक अजी को भेराली पोशाक वेना हसन भेराला मामा बदेना जितने आजादारों दे पैरो गैरा तारे पोशाक पा खड़े इमाम बाद खड़े सेरा पा खड़े उन तो सजी चौजी जदा पई बन रा सेरे पा खड़ोए पोशाक बदल खड़ोए चेहरे दे तो सेरे दी लड़िया हटें दे सजे खबे दे दे मेरा वाले दकी थे मैं उन्हें पैरों ते हाथ रखा कासिम लड़िया हटाओ के सजे खबे दे जाए बाबा नजर नहीं आया माँ दी हाथ लिए चाचे दे कदमा ते झोका और मेरा यतीम बचड़ा शहजादा चाचे दे कदमा ते झुके बदूद दी कोशिश होंदी है बदले दा सदका देवा इमाम आदे असगर दी अम्मा कोई शय घिना मैं सदका देवा पी 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 के जो असगर जाए आदि सदका दे शाला बदरा बच जी बाबा मैं नौ कर मेरे फरिया था जी बिस्मिल्लाह मैं नौ कर हर दादा नौ करा हर आदमी द नौ करा जितनी आजादार है खर करों दे पयो मैं हौसले का मैं हौसले का जितनी आजादारों दे पयो बह के रोवो क्योंकि दौर दर इस किस्म दे ना माफी ना एक बंदा उठी पे तो सारे डे दिन बोल कितनों आए अल्लाह जाने ते कौन गिदी बंदे बह के अगर तेरे उठने नाल मोमेंट दी हाँ जो तुझे भैया तेरे याद कर यहाँ जा आम तो नहीं तेरे को तो शायद सौखी मिल बने ये भी औखी यहाँ जे जेरे वास्ते बेड़ी सिकदी रही है जेरी जमीन तो देख के आ दी आई मैं तुम रोमन नहीं दे दे जी जी मैं नौकर बाबा जी बिस्मिल्लाह मैं नौकर हर दादा द नौकर गैरत आलियों हुन मेरे इमाम ने भतीजे का हाथ न पाए हाथ न के मेरे इमाम हुजरे रूसी दे दरवाजे पे आए गैरत आलियों ने बर्दी कसम किताब ते लफ्जी में है किताब ना लिख लाए शमीर ने धी दा हाथ न के भतीजे दे हाथ ते रखाए न कोई धी न गल की दिए न भतीजे नाथ मेरे इमाम ने मदीने तो मुंह की तरह दुनिया तो बुलंद कर चले वसीयत पूरी हो गई आदे केड़ा सोना पिया लग रहे आदे बन रहा जी जी भी सुना मैं नौ कर मैं लंगवारिया का छोटी ते बनाओ बन रहा तुर पे गैरत ताले बन रही दा हाथ पकड़ के शादादा तुर पे मैं को मिंबर दी के समय इन्हें ही कतना के बंदी दा ही कत आदिया दे हाथ दे बिया हाथ सेन में फरवा दिया तेरा क्या दे मेरी अमान थोड़े हवाले उन माशर को मिल सो सदा दा घोड़े दे चढ़ाए गैरत आ दो में दाम भी चाहे अल्लाह नमी मलाओं ने गैरत आ रही जब कुल मरे पे साथ है तू आ दे जो मैं अली नगड़ा हा बाय हसन दे यतीम ना लड़ याद में पुत्र भेजे ना
زندہ پکڑ کے گھنا سی چارے پتر شہزادے واسطے جہنم کیتے عزت پتروں نے قتل کا در دل وچ گھن کے ملعون گھوڑے تے چڑھے میں کو منبر دی قسم ہے ملعون نے گھوڑا چورے ای کو کوفیاں دی چے شامیاں دی چے ای کو نو لکھ دی چے ای کو آدم بدلوں میں کربلا دی چے سرکو دیا لے او جی عباس دی چے ای میں کہے نہیں دیتا دیکھے میرے پاسے جو ملعون گھوڑا چورے عباس دا چہرہ ای میں دی صبح کو سورج طلوع دے دے دا ظالم دو ہے ہاتھ شبیر دے پیرا تے رکھ دے آدھے ماں دی عزت واسطے ہی ہن میں تو اجازت دے ایدے نال میں لڑ سجدا یا میرا بابا علی او میرا ترین یارا دا دسا بچنا ہے آواز دی اجازت دے ظالم نال اپنے بچڑے کو دعا کر لے دا تری دے دعا درام ہے ہن جی میں سارے تے اوکھی بنے میرا توسلی سرکار وفا نال ہے جی میں سارے تے اوکھی بنے اللہ کول بھج کے رہ رہے ہیں انہیں علماء لے تے اوکھی بنے آ بت علی دی اندھیاں کول دعا منگیندا ہے عباس خیمے میں جلوں دا ودے آدا ودے کن گئی ہیں خالی ولی ائی ماں دی اندھیاں کو پکڑ کے اٹھائے بی بی آدھی مند دعا میرا مان بدل دے بی بی آدھی میرے نانے دا فرمان جد جوان بچڑے تے اوکھی بن بنے بڑھڑی ماں بال کھول کے دعا منگے میں قبول کرے نا آواز دے مانگ دعا میرا باس ادھر دے میں کو منبر دی قسم ہے عباس دعا منگا کے ٹپے تے آ چڑھے حکر مار کے دے قاسم جی چاچا آواز دے چاچا تیرے نا دے اونج کرنے جی میں آکھاں چاچا حکم پھر میں دن گھوڑا چور گھوڑا تیز بھجا گھوڑا تیز بھجے میں تو منبر دی قسم ہے جدا گھوڑے برابر ہیں عباس دے آواز ہی میرا لال ہن واگاں رو قاسم دے واگاں رو کیے آواز دی سچی وا کو پکڑ کے رکھ جدا بے غیرت گل سوار کرن دا ارادہ کرے ای وا کو سچے پاسے جھٹکا دے وے قاسم نے جھٹکا دیتا گھوڑا اچانک مڑے ایندے ہتھوں گل کٹھے غیرت والے عباس دی آواز اے ہن زیدی چ نکل کے وار کر قاسم نے وار کیتا ای ملاون دے دو ٹکڑے تھے میں تو میں بعد قسم اے ایندا زمین تے ڈاونا ہئی جتنے بندے روڈے بیٹھے ہو اے زمین تے اے شبیر خوش ہے عباس ہی خوش ہے ہر پردہ دار بی بی خوش ہے جد ماں کو مسلح تے پتہ لگے جو میرے بچڑے دی فتح ہو گئی ہے ہی دواری اٹھی ہے وہ تو جہاں پئی ہے آدھے جی میں لڑنا ودے
کرو کوئی تی بنے دے کوئی پتھر کوئی نیڑا لنگ جا تے شلا دے نے حکر ماری رو رو کہہ دے یتیم نوار او یتیم سمجھ کے ہن مدد یتیم کو آوان تے کو واسطے مادی لکھ دے قاسم جی بسم اللہ
لکھ دے راوی لاش کا سکتے جدا پیو دھی آگر رکے برکا جھن کبرا دا پیا شبیر دی جھن پئی پاکے حق ہتا بین ہتا بین ہتا ہی مکہ نا غیرت آلے جدا بن رہی ہے یہ نا یہ میں ٹکڑن دینا بلی نے کوئی گل کی دی ہے یہ بلی نے دی جائے آدھے اچھی جاگ ویسے ہے تو امیر تے پتہ نہیں امیر دا ہے تے کو ملنا